ਲਓ ਜੰਡ ਵਾਲੇ ਨੇ ਐਨ ਕਹਿੰਦੇ ਫੜ ਲਿਆ ਪਰ ਵੇਖਦਾ ਵੀ ਜੰਡ ਵਾਲਿਆ ਤੇਰਾ ਨਾਂ ਚੱਲਦਾ ਗੱਭਰੂ ਆ ਲਓ ਵੇਖਦਾ ਵੀ ਬਲਰਾਜ ਸਿੰਘ ਬਾਕੀ ਜ਼ਿੰਦਗੀ ਮੁਸ਼ਕਿਲ ਹੈ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜ਼ੋਰ ਤੇ ਅਜਿਹਾ ਜ਼ੋਰ ਦਿਖਾਇਆ ਏ ਬਾਜੀ ਜੰਡ ਨੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਲਵ ਫੋਰਐਵਰ ਚੈਨਲ। ਯਾਰੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਜੇ ਤੁਸੀਂ ਅਜੇ ਤੱਕ ਵੀ ਲਵ ਫੋਰਐਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਨਾਲ ਹੀ ਆਪਾਂ ਮੋਟੀਵੇਟ ਹੁੰਦੇ ਹਾਂ ਤੇ ਤੁਹਾਡੇ ਪਸੰਦ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਸੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਵੀਡੀਓ ਵੱਲ। ਯਾਰੋ ਗੱਲ ਕਰਾਂਗੇ ਅੱਜ ਬਲਰਾਜ ਸਿੰਘ ਯਾਨੀ ਕਿ ਬਾਜੀ ਜੰਡ ਦੀ। ਕੌਡੀ ਵਾਲੇ ਵੇ ਤੂੰ ਬਾਜੀ ਜੰਡ ਵਰਗਾ ਕੁੱਟ ਦਾ ਵੀ ਵਾਲਾ ਇੱਥੇ ਰੌਣ ਨਹੀਂ ਦਿੰਦਾ। ਕਬੱਡੀ ਦੀ ਦੁਨੀਆ ਦਾ ਉਹ ਮੁੱਢ ਜਿਸਨੇ ਵੱਡੇ ਵੱਡੇ ਖਿਡਾਰੀਆਂ ਨੂੰ ਬੇਹੋਸ਼ ਕਰ ਸੁੱਟਿਆ ਸੀ, ਅਜਿਹਾ ਤਾਕਤਵਰ ਖਿਡਾਰੀ ਜਿਸਦਾ ਨਾਮ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਵੀ ਲਿਆ ਗਿਆ ਹੈ। ਯਾਰੋ ਬਾਜੀ ਜੰਡ ਦਾ ਜਨਮ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਜੰਡ ਵਿੱਚ ਹੋਇਆ। ਸੋ ਬਾਜੀ ਜੰਡ ਦਾ ਨਾਮ ਵੀ ਜੰਡ ਪਿੰਡ ਵਿੱਚ ਪੈਦਾ ਹੋਣ ਕਰਕੇ ਹੀ ਪਿਆ। ਬਾਜੀ ਜੰਡ ਦਾ ਜਨਮ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਅਤੇ ਦਾਦਾ ਜੀ ਪਹਿਲਵਾਨ ਸਨ। ਸੋ ਉਹਨਾਂ ਨੂੰ ਆਪਣੇ ਘਰ ਵਿੱਚ ਹੀ ਖੇਡਣ ਅਤੇ ਭਲਵਾਨੀ ਕਰਨ ਦਾ ਮੌਕਾ ਮਿਲਿਆ। ਬਾਜੀ ਜੰਡ ਦੀ ਉਮਰ ਹੁਣ ਤੱਕ 45 ਸਾਲ ਹੋ ਚੁੱਕੀ ਹੈ। ਯਾਰ ਗੱਲ ਕਰੀਏ ਬਾਜੀ ਜੰਡ ਦੇ ਕਬੱਡੀ ਕਰੀਅਰ ਦੀ ਤਾਂ ਇੱਥੇ ਇਹ ਗੱਲ ਕਹਿ ਸਕਦੇ ਹਾਂ ਕਿ ਕਬੱਡੀ ਮਾਪਿਆਂ ਵੱਲੋਂ ਬਾਜੀ ਜੰਡ ਨੂੰ ਗੁੜਤੀ ਵਿੱਚ ਹੀ ਮਿਲ ਗਈ। ਪਿਓ ਅਤੇ ਦਾਦੇ ਵੱਲੋਂ ਖਵਾਈ ਖੁਰਾਕ ਨੇ ਬਾਜੀ ਜੰਡ ਦਾ ਸਰੀਰ ਲੋਹੇ ਵਰਗਾ ਬਣਾ ਦਿੱਤਾ। ਪਹਿਲਾਂ ਬਾਜੀ ਜੰਡ ਛੋਟੀਆਂ ਕਬੱਡੀਆਂ ਖੇਡਦਾ ਸੀ, ਪਰ ਬਾਅਦ ਵਿੱਚ ਬਾਜੀ ਜੰਡ ਜਦੋਂ ਕਾਲਜ ਲੱਗਿਆ ਹੋਇਆ ਸੀ ਤਾਂ ਉਹ ਕਾਲਜ ਵਿੱਚੋਂ ਭੱਜ ਕੇ ਮੈਚ ਖੇਡਣ ਲਈ ਚਲੇ ਗਏ, ਜਿੱਥੇ ਉਸਨੇ ਮਸ਼ਹੂਰ ਕਬੱਡੀ ਪਲੇਅਰ ਤਾਰੀ ਨੂੰ ਕਈ ਜਫੇ ਲਾਏ, ਜਿਸ ਤੋਂ ਬਾਅਦ ਬਾਜੀ ਜੰਡ ਮਿਹਨਤ ਕਰਦਾ ਗਿਆ ਅਤੇ ਅੱਗੇ ਵਧਦਾ ਗਿਆ। ਸਭ ਤੋਂ ਪਹਿਲਾਂ ਬਾਜੀ ਜੰਡ ਨੇ ਫੁੱਲਾਂ ਵਾਲੀ ਟੀਮ ਵਜੋਂ ਖੇਡਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਬਾਜੀ ਜੰਡ ਨੇ ਕਈ ਮੈਚ ਖੇਡੇ ਤੇ ਕਈ ਮੈਚ ਜਿੱਤੇ। ਬਾਜੀ ਜੰਡ ਬਹੁਤ ਵਧੀਆ ਜਾਫੀ ਸੀ, ਉਹਨਾਂ ਦਾ ਲਾਇਆ ਜੱਫਾ ਛੁਡਾਉਣਾ ਬਹੁਤ ਔਖਾ ਸੀ। ਬਾਜੀ ਜੰਡ ਜਦੋਂ ਕਿਸੇ ਪਲੇਅਰ ਦਾ ਗੁੱਟ ਫੜ ਲੈਂਦਾ ਸੀ ਤਾਂ ਉਸ ਪਲੇਅਰ ਤੋਂ ਬਾਜੀ ਜੰਡ ਕੋਲੋਂ ਗੁੱਟ ਨਹੀਂ ਸੀ ਛੁਡਾਇਆ ਜਾਂਦਾ, ਇਸ ਲਈ ਉਹਨਾਂ ਨੂੰ ਗੁੱਟ ਦਾ ਫਰਾਕ ਅਤੇ ਗੁੱਟ ਦਾ ਪੀਰ ਵੀ ਕਿਹਾ ਜਾਂਦਾ ਹੈ। ਬਾਜੀ ਜੰਡ ਕੈਂਚੀ ਵੀ ਬਹੁਤ ਵਧੀਆ ਲਾਉਂਦੇ ਸੀ। ਬਾਜੀ ਜੰਡ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਬਾਜੀ ਜੰਡ ਦੱਸਦੇ ਨੇ ਕਿ ਉਹ ਦਿਨ ਵਿੱਚ 2900 ਤੱਕ ਡੰਡ ਮਾਰਦੇ ਸੀ ਅਤੇ 100-100 ਸਪ੍ਰਿੰਟਾਂ ਲਾਉਂਦੇ ਸਨ। ਬਾਜੀ ਜੰਡ ਦਾ ਕਹਿਣਾ ਹੈ ਕਿ ਜੇ ਤੁਸੀਂ ਸਖਤ ਮਿਹਨਤ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਲੈਵਲ ਦੀ ਕਬੱਡੀ ਖੇਡ ਸਕਦੇ ਹੋ। ਬਾਜੀ ਜੰਡ ਨੇ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਵੀ ਬਹੁਤ ਕਬੱਡੀ ਖੇਡੀ ਅਤੇ ਆਪਣੇ ਨਾਮ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਮ ਵੀ ਦੁਨੀਆ ਵਿੱਚ ਉੱਚਾ ਕਰ ਦਿੱਤਾ। ਸੰਨ 1998 ਵਿੱਚ ਬਾਜੀ ਜੰਡ ਨੇ ਇੰਗਲੈਂਡ ਦੀ ਧਰਤੀ ਤੇ ਪੈਰ ਰੱਖਿਆ ਸੀ। ਉੱਥੇ ਇੱਕ ਕਬੱਡੀ ਦਾ ਪਲੇਅਰ ਬਹੁਤ ਹੀ ਧੁੰਮਾ ਪਾ ਰਿਹਾ ਸੀ, ਜਿਸ ਦਾ ਨਾਮ ਸੀ ਤੂਫਾਨ। ਬਾਜੀ ਜੰਡ ਨੇ ਤੂਫਾਨ ਨੂੰ ਜਫਾ ਲਾ ਦਿੱਤਾ, ਜਿਸ ਤੋਂ ਬਾਅਦ ਇੰਗਲੈਂਡ ਵਿੱਚ ਬਾਜੀ ਜੰਡ ਵੀ ਬੱਲੇ ਬੱਲੇ ਹੋ ਗਈ। ਯਾਰ ਬਾਜੀ ਜੰਡ ਉਹ ਪਲੇਅਰ ਨੇ ਜਿਨ੍ਹਾਂ ਦੇ ਥੱਪੜ ਦੇ ਕਬੱਡੀ ਵਿੱਚ ਬਹੁਤ ਜ਼ਿਆਦਾ ਚਰਚੇ ਨੇ, ਕਿਉਂਕਿ ਕਹਿੰਦੇ ਨੇ ਬਾਜੀ ਜੰਡ ਇੱਕ ਅਜਿਹਾ ਜਾਫੀ ਏ ਜਿਹੜਾ ਕਿਸੇ ਰੇਡਰ ਦੇ ਥੱਪੜ ਮਾਰੇ ਤਾਂ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਏ। 1998-99 ਵਿੱਚ ਅਜਿਹੇ ਕੇਸ ਬਹੁਤ ਦੇਖੇ ਗਏ, ਜਦੋਂ ਬਾਜੀ ਜੰਡ ਨੇ ਕਿਸੇ ਰੇਡ ਪਾਉਣ ਆਏ ਪਲੇਅਰ ਦੇ ਥੱਪੜ ਮਾਰਿਆ ਹੋਵੇ ਤੇ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ, ਜਿਸ ਤੋਂ ਬਾਅਦ ਉਸਨੂੰ ਪਾਣੀ ਪਿਲਾ ਕੇ ਖੜਾ ਕੀਤਾ ਗਿਆ। ਸੋ ਇਸ ਗੱਲ ਕਰਕੇ ਵੀ ਬਾਜੀ ਜੰਡ ਦੇ ਬਹੁਤ ਜ਼ਿਆਦਾ ਚਰਚੇ ਨੇ। ਯਾਰੋ ਚੰਗਾ ਮਾੜਾ ਟਾਈਮ ਹਰ ਇੱਕ ਤੇ ਆਉਂਦਾ ਏ ਤੇ ਅਜਿਹਾ ਮਾੜਾ ਟਾਈਮ ਬਾਜੀ ਜੰਡ ਤੇ ਵੀ ਆਇਆ ਸੀ। ਬਾਜੀ ਜੰਡ ਕਬੱਡੀ ਵਰਲਡ ਕੱਪ ਖੇਡਣਾ ਚਾਹੁੰਦਾ ਸੀ, ਜਿਸ ਲਈ ਬਾਜੀ ਜੰਡ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ, ਪਰ ਉਹਨਾਂ ਨੂੰ ਵਰਲਡ ਕੱਪ ਵਿੱਚ ਨਹੀਂ ਖਿਡਾਇਆ ਗਿਆ, ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਬਾਜੀ ਜੰਡ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਤੇ ਉਹਨਾਂ ਦੀ ਪ੍ਰਮੋਟਰਾਂ ਨਾਲ ਵੀ ਤੂੰ ਤੂੰ ਮੈਂ ਹੋ ਗਈ। ਬਾਜੀ ਜੰਡ ਕਹਿੰਦੇ ਨੇ ਕਬੱਡੀ ਖੇਡਦੇ ਟਾਈਮ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਧੋਖਾ ਵੀ ਮਿਲਿਆ, ਉਹਨਾਂ ਨਾਲ ਕਈ ਧੱਕੇ ਵੀ ਹੋਏ, ਪਰ ਉਸਨੇ ਕਦੀ ਹਿੰਮਤ ਨਹੀਂ ਹਾਰੀ ਤੇ ਉਹਨਾਂ ਨੇ ਸੇਰ ਦਿਲ ਨਾਲ ਆਪਣੀ ਖੇਡ ਨੂੰ ਜਾਰੀ ਰੱਖਿਆ। ਯਾਰੋ ਬਾਜੀ ਜੰਡ ਦੱਸਦੇ ਨੇ ਕਿ ਇੱਕ
ਸਮਾਂ ਉਹਨਾਂ ਤੇ ਅਜਿਹਾ ਵੀ ਆਇਆ ਸੀ ਜਦੋਂ ਉਹ ਗਲਤ ਸੰਗਤ ਵਿੱਚ ਪੈ ਗਏ ਸੀ, ਪਰ ਉਸ ਵਿੱਚੋਂ ਬਾਜੀ ਜੰਡ ਬਹੁਤ ਹੀ ਜਲਦੀ ਨਿਕਲ ਆਏ ਤੇ ਉਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਬੱਡੀ 'ਚ ਧੁੰਮਾਂ ਪਾ ਦਿੱਤੀਆਂ। ਯਾਰੋ, ਕਬੱਡੀ ਖੇਡਦੇ ਬਾਜੀ ਜੰਡ ਦੇ ਬਹੁਤ ਵਾਰ ਸੱਟਾਂ ਵੀ ਲੱਗੀਆਂ। ਉਹਨਾਂ ਦੇ ਲਗਭਗ 12 ਫ੍ਰੈਕਚਰ ਹੋਏ ਹਨ ਤੇ ਉਹਨਾਂ ਦੀ ਅੱਖ ਦਾ ਵੀ ਆਪਰੇਸ਼ਨ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਦੀ ਅੱਖ ਦਾ ਪਰਦਾ ਹਿੱਲ ਗਿਆ ਸੀ। ਪਰ ਮਿੱਤਰੋ, ਉਹਨਾਂ ਨੇ ਕਦੀ ਸੱਟਾਂ ਦੀ ਪਰਵਾਹ ਨਹੀਂ ਕੀਤੀ ਤੇ ਸੱਟਾਂ ਲੱਗੀਆਂ ਦੌਰਾਨ ਵੀ ਕੌਡੀ ਪਾਉਂਦੇ ਰਹੇ। ਯਾਰੋ, ਬਾਜੀ ਜੰਡ ਦੀ ਸਾਥੀ ਤੇ ਸਿਰ ਦਾ ਟੈਟੂ ਬਣਿਆ ਹੋਇਆ ਹੈ ਤੇ ਜਦੋਂ ਬਾਜੀ ਜੰਡ ਨੂੰ ਇਸ ਟੈਟੂ ਬਾਰੇ ਪੁੱਛਿਆ ਗਿਆ ਕਿ ਤੁਸੀਂ ਇਹ ਟੈਟੂ ਕਿਉਂ ਬਣਾਇਆ ਹੈ ਤਾਂ ਬਾਜੀ ਜੰਡ ਨੇ ਦੱਸਿਆ ਕਿ ਮੈਂ ਹਮੇਸ਼ਾ ਹੀ ਸ਼ੇਰ ਵਾਂਗ ਖੇਡਿਆ ਹੈ ਤੇ ਮੈਦਾਨ ਵਿੱਚ ਕਿਸੇ ਤੋਂ ਡਰਿਆ ਨਹੀਂ। ਮੈਂ ਆਪਣੀ ਦਲੇਰੀ ਦਿਖਾ ਕੇ ਸ਼ੇਰ ਵਾਂਗ ਬਾਕੀ ਪਲੇਅਰਾਂ ਨੂੰ ਡਰਾਉਂਦਾ ਹੀ ਰਿਹਾ ਹਾਂ। ਬਾਜੀ ਜੰਡ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਮਾਨ ਸਨਮਾਨ ਵੀ ਹਾਸਲ ਕੀਤੇ। ਉਹਨਾਂ ਨੂੰ ਕੈਂਠੇ ਨਾਲ ਵੀ ਅਤੇ ਘੋੜੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਈ ਸਾਰੇ ਮੋਟਰਸਾਈਕਲ ਵੀ ਜਿੱਤੇ ਨੇ। ਯਾਰੋ, ਬਾਜੀ ਜੰਡ ਦੀ ਜੇ ਫੈਮਿਲੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਤਨੀ ਦਾ ਨਾਮ ਪਰਮਿੰਦਰ ਕੌਰ ਹੈ ਤੇ ਉਹਨਾਂ ਦੇ ਬੇਟੇ ਦਾ ਨਾਮ ਫਤਿਹ ਸਿੰਘ ਹੈ। ਬਾਜੀ ਜੰਡ ਆਪਣੇ ਬੇਟੇ ਨੂੰ ਓਲੰਪਿਕ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਬਾਜੀ ਜੰਡ ਆਪਣੇ ਬੇਟੇ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਵਾ ਰਹੇ ਨੇ। ਉਹ ਚਾਹੁੰਦੇ ਹਨ ਕਿ ਉਹਨਾਂ ਦਾ ਬੇਟਾ ਜਾਂ ਤਾਂ ਰੈਸਲਰ ਬਣੇ ਜਾਂ ਫਿਰ ਬਾਕਸਰ ਬਣੇ। ਯਾਰੋ, ਬਾਜੀ ਜੰਡ ਵੀ ਹੁਣ ਬਹੁਤ ਹੀ ਸਖ਼ਤ ਮਿਹਨਤ ਕਰਦੇ ਪਏ ਨੇ ਤੇ ਜਲਦ ਹੀ ਬਾਜੀ ਜੰਡ ਸਾਨੂੰ ਕਬੱਡੀ 'ਚ ਫਿਰ ਦੇਖਣ ਨੂੰ ਮਿਲਣਗੇ। ਬਾਜੀ ਜੰਡ ਦਾ ਕਬੱਡੀ ਜਗਤ ਨੂੰ ਇਹੀ ਸੁਣਿਆ ਹੈ ਕਿ ਕਬੱਡੀ ਖਿਡਾਰੀ ਨਸ਼ਾ ਮੁਕਤ ਹੋ ਕੇ ਖੇਡਣ। ਸੋ ਮਿੱਤਰੋ, ਇਹ ਸੀ ਇੱਕ ਛੋਟੀ ਜਿਹੀ ਬਾਇਓਗ੍ਰਾਫੀ ਬਾਜੀ ਜੰਡ ਦੀ ਜ਼ਿੰਦਗੀ ਤੇ ਜੇ ਤੁਸੀਂ ਵੀ ਬਾਜੀ ਜੰਡ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਬਾਜੀ ਜੰਡ ਲਈ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਓ। ਸੋ ਹੁੰਦੇ ਲਈ ਇੰਨਾ ਹੀ, ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਕੌਡੀ ਵਾਲੇ ਵੇ ਤੂੰ ਬਾਜੀ ਜੰਡ ਵਰਗਾ।